ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟਕੈ ਮੂਰਤ ਹਰ ਗੋਬਿੰਦ ਸਵਾਰੀ। ਦੇਸ਼ ਵਿਦੇਸ਼ਾਂ ਵਿੱਚ ਬੈਠੀਆਂ ਗੁਰੂ ਪਿਆਰੀਆਂ ਸੰਗਤਾਂ ਨੂੰ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ, ਬਹੁਤ ਬਹੁਤ ਮੁਬਾਰਕਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਅਕਾਲ ਚੈਨਲ ਵੱਲੋਂ ਨਿਮਾਣੀ ਜੀ ਕੋਸ਼ਿਸ਼ ਹਰ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਦਿਹਾੜੇ ਗੁਰਤਾ ਗੱਦੀ ਦਿਵਸ ਸੰਬੰਧ ਵਿੱਚ ਕੀ ਇਤਿਹਾਸ ਹੈ ਤਾਂ ਜੋ ਸਾਡੀ ਆਉਣ ਵਾਲੀ ਪਨੀਰੀ ਨੂੰ ਪਤਾ ਲੱਗ ਸਕੇ। ਜੀ ਹਾਂ ਦੋਸਤੋ, ਅੱਜ ਵਿਸ਼ੇਸ਼ ਤੌਰ 'ਤੇ ਅਸੀਂ ਗੱਲਬਾਤ ਕਰਾਂਗੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਨਾਲ ਸੰਬੰਧਿਤ ਜੁੜੀਆਂ ਹੋਈਆਂ ਘਟਨਾਵਾਂ ਦੀ। ਕਿਵੇਂ ਮੀਰੀ ਪੀਰੀ ਦੇ ਮਾਲਕ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ, ਅਕਾਲ ਤਖਤ ਦੀ ਸਿਰਜਣਾ ਹੋਈ ਅਤੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ, ਇਸ ਪੂਰੇ ਵਿਸ਼ੇ ਨੂੰ ਖੋਲ੍ਹਣ ਵਾਸਤੇ ਸਾਡੇ ਨਾਲ ਜੁੜੇ ਨੇ ਜੀ ਸਾਡੇ ਅਤਿ ਸਤਿਕਾਰਯੋਗ ਸਿੱਖ ਪੰਥ ਦੀ ਬੜੀ ਪਿਆਰੀ ਸ਼ਖਸੀਅਤ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਨੰਗਲ ਡੈਮ ਵਾਲੇ। ਭਾਈ ਸਾਹਿਬ, ਤੁਹਾਡਾ ਸਵਾਗਤ ਜੀ, ਅਤੇ ਸਭ ਤੋਂ ਪਹਿਲੇ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਜੇਕਰ ਗੱਲ ਕਰੀਏ ਛੇਵੇਂ ਪਾਤਸ਼ਾਹ ਮੇਰੀ ਪ੍ਰੀਤ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ, ਅੱਜ ਗੁਰਤਾ ਗੱਦੀ ਦਿਵਸ ਸੰਬੰਧ ਵਿੱਚ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਕਿਸ ਤਰ੍ਹਾਂ ਸਾਡੀ ਕੌਮ ਦੇ ਸਾਹਮਣੇ, ਕਿਸ ਤਰ੍ਹਾਂ ਸਾਡੀਆਂ ਸਿੱਖ ਸੰਗਤਾਂ ਸਾਹਮਣੇ ਇਤਿਹਾਸ ਨੂੰ ਪੇਸ਼ ਕਰਨਾ ਚਾਹੋਗੇ? ਸਭ ਤੋਂ ਪਹਿਲਾਂ ਮੇਰੀ ਵੱਲੋਂ ਸਮੂਹ ਸਿੱਖ ਸੰਗਤਾਂ ਨੂੰ ਫਤਿਹ ਦੀ ਸਾਂਝ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਜੀ ਨੇ ਵਚਨ ਕੀਤਾ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਸਿੱਖ ਸੰਗਤਾਂ ਦੇ ਨਾਲ ਕੀ ਵਿਚਾਰ ਸਾਂਝ ਕਰਨੀ ਹੈ। ਮੈਂ ਤਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਦੇ ਸੰਬੰਧ ਦੇ ਵਿੱਚ ਕਹਿਣ ਦੇ ਲਈ, ਜਿਸ ਤਰ੍ਹਾਂ ਵਿਦਵਾਨ ਸੱਜਣਾਂ ਨੇ ਬਹੁਤ ਕੁਝ ਲਿਖਿਆ, ਲਿਖਦੇ ਵੀ ਜਾਈਏ ਤਾਂ ਫਿਰ ਵੀ ਇਸ ਦਾ ਕੁਝ ਅੰਤ ਨਹੀਂ ਹੋ ਸਕਦਾ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਜਦੋਂ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸ਼ਹੀਦੀ, ਆਪ ਜੀ ਵੀ ਜਾਣਦੇ ਹੋ ਅਤੇ ਸਿੱਖ ਸੰਗਤਾਂ ਅਤੇ ਸਿੱਖ ਸੰਸਾਰ, ਸਿੱਖ ਜਗਤ ਇਸ ਪੱਖੋਂ ਭਲੀ ਭਾਂਤ ਜਾਣੂ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਕਿਸ ਤਰ੍ਹਾਂ ਹੋਈ। ਇਸ ਪਾਸੇ ਵੱਲ ਬੜਾ ਸਮਾਂ ਲੱਗਣਾ ਹੈ, ਸਿੱਖ ਸੰਗਤਾਂ ਜਾਣੂ ਵੀ ਨੇ, ਫਿਰ ਵੀ ਥੋੜ੍ਹਾ ਪੱਖ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਬਾਰੇ ਸਾਂਝ ਕਰ ਲੈਣਾ ਇਸ ਸਮੇਂ 'ਤੇ ਯੋਗ ਹੋਵੇਗਾ। ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ, ਜਦੋਂ ਸਾਹਿਬ ਜੀ ਅੰਮ੍ਰਿਤਸਰ ਦੀ ਧਰਤੀ ਤੋਂ ਲਾਹੌਰ ਵਾਸਤੇ ਰਵਾਨਾ ਹੋਏ ਹੈ, ਵਿਦਵਾਨ ਸੱਜਣਾਂ ਦੇ ਕਹਿਣ ਦੇ ਮੁਤਾਬਕ ਕਿ ਗੁਰਤਾ 'ਤੇ ਉਸ ਵਕਤ ਹੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹ ਦੇ ਕੇ ਗਏ ਸਨ, ਅਤੇ ਪਰ ਫਿਰ ਵੀ ਜੋ ਵਿਦਵਾਨ ਸੱਜਣਾਂ ਨੇ ਲਿਖਿਆ ਅਤੇ ਅਸੀਂ ਪੜ੍ਹਦੇ ਹਾਂ ਵਿਦਵਾਨ ਸੱਜਣਾਂ ਪਾਸੋਂ ਲਿਖਿਆ ਹੋਇਆ ਅਤੇ ਹੋਰ ਸੰਗਤ ਕਰਦੇ ਹਾਂ, ਪ੍ਰਾਪਤ ਕਰਦੇ ਹਾਂ, ਇਹ ਸਭ ਕੁਝ ਵਰਤਾਰਾ ਜੋ ਗੁਰਤਾ ਗੱਦੀ ਦਿਵਸ 'ਤੇ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਿਰਾਜਨਾ ਕੀਤਾ, ਜੋ ਸਾਹਿਬ ਨੇ ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਉਪਰੰਤ 25 ਮਈ ਦਾ ਦਿਨ, ਜੋ ਤਵਾਰੀ ਗੁਰੂ ਖਾਲਸਾ, ਬਹੁਤ ਪੁਰਾਣਾ ਸਾਡਾ ਖਜ਼ਾਨਾ ਗ੍ਰੰਥ ਹੈ, ਉਸ ਦੇ ਅੰਦਰ 1606 ਈਸਵੀ ਨੂੰ ਹੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਉਸ ਵਕਤ ਸਿੱਖ ਜਗਤ ਦੇ, ਸਿੱਖ ਧਰਮ ਦੇ ਅੰਦਰ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਜਿਵੇਂ ਬਾਬਾ ਬੁੱਢਾ ਜੀ ਅਤੇ ਹੋਰ ਭਾਈ ਗੁਰਦਾਸ ਜੀ ਅਤੇ ਹੋਰ ਅਨੇਕਾਂ, ਜਿਨ੍ਹਾਂ ਦੀ ਹਾਜ਼ਰੀ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ 1606 ਈਸਵੀ ਦੇ ਵਿੱਚ ਹੀ ਗੁਰਤਾ ਗੱਦੀ 'ਤੇ ਬਿਰਾਜਮਾਨ ਕਰ ਦਿੱਤਾ ਗਿਆ। ਜੀ, ਜਦੋਂ ਅਸੀਂ ਦੇਖਦੇ ਹਾਂ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਗੁਰਤਾ ਗੱਦੀ 'ਤੇ ਬਿਰਾਜਮਾਨ ਹੁੰਦੇ ਨੇ, ਕਿਸ ਕਿਸ ਸ਼ਖਸੀਅਤ ਨੇ ਸੇਵਾ ਨਿਭਾਈ ਅਤੇ ਉਸ ਸਮੇਂ ਕਿਹੜੀਆਂ ਰਸਮਾਂ ਅਦਾ ਕੀਤੀਆਂ ਗਈਆਂ, ਕੀ ਸਾਡੇ ਇਤਿਹਾਸਕ ਸਰੋਤ ਕੁਝ ਕਹਿੰਦੇ ਨੇ? ਹਾਂ, ਸਰਦਾਰ ਹਰਬੰਸ ਸਿੰਘ ਜੀ, ਇਹ ਤੁਸੀਂ ਸਵਾਲ ਜਿਹੜਾ ਕੀਤਾ ਹੈ ਬਹੁਤ ਯੋਗ ਸਵਾਲ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਣ ਲੱਗੇ, ਉਸ ਵਕਤ ਸਿੱਖ ਕੌਮ ਦੀ ਸਿਰਮੌਰ ਸ਼ਖਸੀਅਤ, ਜਿਨ੍ਹਾਂ ਨੂੰ ਗੁਰੂ, ਜਿਨ੍ਹਾਂ ਨੇ 6 ਗੁਰੂ ਸਾਹਿਬਾਨ ਦੇ ਨਾਲ ਜਿਨ੍ਹਾਂ ਨੂੰ ਰਹਿਣ ਦਾ ਮੌਕਾ, ਸਮਾਂ, ਸੁਭਾਗ ਸਮਾਂ ਪ੍ਰਾਪਤ ਹੋਇਆ, ਮੇਰੀ ਕਹਿਣ ਤੋਂ ਮੁਰਾਦ ਹੈ ਸਤਿਕਾਰਯੋਗ ਬਾਬਾ ਬੁੱਢਾ ਜੀ, ਉਹਨਾਂ ਨੇ ਇਸ ਬਹੁਤ ਹੀ ਜਿਹੜੀ ਇਹ ਉਸ ਵਕਤ 'ਤੇ ਨਿਭਾਉਣੀ ਸੀ ਮਰਜ਼ਾਦਾ ਦੇ ਅਨੁਸਾਰ, ਇਹ ਰਸਮ ਉਹਨਾਂ ਨੇ ਆਪਣੇ ਹੱਥੀਂ
ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਤਖ਼ਤ 'ਤੇ ਬਿਰਾਜਮਾਨ ਕੀਤਾ ਜੀ, ਅਤੇ ਉਸ ਵਕਤ ਸਾਹਿਬ ਜੀ ਨੇ ਸਾਹਿਬ ਜੀ ਦੇ ਹੁਕਮ ਦੇ ਅਨੁਸਾਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਰਾਜ ਜੀ ਦੇ ਹੁਕਮ ਦੇ ਅਨੁਸਾਰ ਅਤੇ ਬਾਬਾ ਬੁੱਢਾ ਜੀ ਨੇ ਅਤੇ ਆਪਣੇ ਵੱਲੋਂ ਜੋ ਉਹਨਾਂ ਨੇ ਪੰਜ ਗੁਰੂ ਸਾਹਿਬਾਨ ਦੇ ਨਾਲ ਰਹਿੰਦਿਆਂ ਹੋਇਆਂ ਗੁਰਤਾ ਗੱਦੀ 'ਤੇ ਬਿਰਾਜਮਾਨ ਹੁੰਦਿਆਂ ਜੋ ਰਸਮ ਉਹ ਨਿਭਾਉਂਦੇ ਰਹੇ ਉਸ ਦੇ ਅਨੁਸਾਰ ਉਹਨਾਂ ਨੇ ਸੇਲੀ ਟੋਪੀ ਅਤੇ ਹੋਰ ਜੋ ਸਮੇਂ ਦੇ ਅਨੁਸਾਰ ਬਣਦਾ ਸੀ ਉਹਨਾਂ ਦੇ ਅੱਗੇ ਲਿਆ ਕੇ ਰੱਖ ਦਿੱਤਾ ਅਤੇ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸਭ ਕੁਛ ਉਸ ਵਕਤ ਜੋ ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਹੈ ਸਭ ਕੁਛ ਨੂੰ ਨੇੜੇ ਹੋ ਕੇ ਦੇਖਿਆ ਸੀ ਅਤੇ ਉਸ ਵਕਤ ਸਾਹਿਬ ਜੀ ਨੇ ਆਉਣ ਵਾਲੇ ਸਮੇਂ ਨੂੰ ਮੱਦੇਨਜ਼ਰ ਰੱਖਦਿਆਂ ਅਤੇ ਸੰਗਤ ਨੂੰ ਅਤੇ ਵਿਸ਼ੇਸ਼ ਤੌਰ 'ਤੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਇਹ ਸੇਲੀ ਟੋਪੀ ਅਤੇ ਹੋਰ ਜੋ ਕੁਝ ਵੀ ਸਮੱਗਰੀ ਹੈ ਇਸ ਨੂੰ ਜਿੱਥੇ ਵੀ ਤੁਸੀਂ ਚਾਹੋ ਇਸ ਨੂੰ ਸਤਿਕਾਰ ਸਹਿਤ ਰੱਖ ਸਕਦੇ ਹੋ ਜੋ ਇਸ ਵਕਤ ਵਕਤ ਦੇ ਲਿਹਾਜ਼ ਦੇ ਨਾਲ ਸਮੇਂ ਦੇ ਮੁਤਾਬਕ ਲੋੜ ਹੈ ਮੈਂ ਇਸ ਵਕਤ ਇਹਨਾਂ ਦੀ ਬਜਾਏ ਮੈਂ ਸ਼੍ਰੀ ਸਾਹਿਬ ਧਾਰਨ ਨੂੰ ਇਸ ਨੂੰ ਜ਼ਿਆਦਾ ਪਹਿਲ ਦਿਆਂਗਾ ਅਤੇ ਉਸ ਵਕਤ ਇਤਿਹਾਸਕਾਰ ਦੱਸਦੇ ਨੇ ਵਿਦਵਾਨ ਦੱਸਦੇ ਨੇ ਕਿ ਸਾਹਿਬ ਜੀ ਵਾਸਤੇ ਸਾਹਿਬ ਜੀ ਦੇ ਹੁਕਮ ਦੇ ਅਨੁਸਾਰ ਉਸ ਵਕਤ ਇੱਕ ਸ਼੍ਰੀ ਸਾਹਿਬ ਗਾਤਰੀ ਸਾਹਿਤ ਲਿਆਂਦੀ ਗਈ ਅਤੇ ਸਾਹਿਬ ਜੀ ਨੇ ਤਖ਼ਤ 'ਤੇ ਵਿਰਾਜਮਾਨ ਸਨ ਜੋ ਜਿਸ ਤਰ੍ਹਾਂ ਅੱਜ ਵੀ ਵਰਤਮਾਨ ਸਮੇਂ ਦੇ ਅੰਦਰ ਪ੍ਰੈਜੈਂਟ ਸਮੇਂ ਦੇ ਅੰਦਰ ਜਦੋਂ ਅੰਮ੍ਰਿਤ ਛੱਕ ਕੇ ਗੁਰੂ ਕਾ ਸਿੱਖ ਅੰਮ੍ਰਿਤਧਾਰੀ ਸਿੰਘ ਸਜਦਾ ਅਤੇ ਉਦੋਂ ਇਹ ਖੱਬੇ ਪਾਸੇ ਵਾਲੇ ਪਾਸੇ ਪਹਿਣਦਾ ਜੀ ਅਤੇ ਮਰਜ਼ਾਦਾ ਦੇ ਅਨੁਸਾਰ ਸਤਿਗੁਰੂ ਜੀ ਨੇ ਉਸ ਵਕਤ ਸ਼੍ਰੀ ਸਾਹਿਬ ਨੂੰ ਸੱਜੇ ਪਾਸੇ ਵੱਲ ਪਹਿਣ ਲਿਆ ਅਤੇ ਸੰਗਤਾਂ ਦੇ ਵਿੱਚ ਇਸ ਗੱਲ ਦਾ ਥੋੜ੍ਹਾ ਹੋਣਾ ਸੀ ਇਤਰਾਜ਼ ਕਹਿ ਲਵੋ ਜਾਂ ਥੋੜ੍ਹਾ ਗਰਮਾ ਗਰਮੀ ਹੋਈ ਹੈ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਖਿਆ ਕਿ ਇਹ ਤਾਂ ਹੁਣ ਮੈਂ ਇਸ ਪਾਸੇ ਪਹਿਣ ਲਈ ਹੈ ਜੇਕਰ ਤੁਸੀਂ ਹੋਰ ਕਹਿੰਦੇ ਹੋ ਕਿ ਜੋ ਮਰਜ਼ਾਦਾ ਤਖ਼ਤਾਂ 'ਤੇ ਬੈਠਦੇ ਹੋਏ ਬਾਦਸ਼ਾਹ ਜਦੋਂ ਪਹਿਨਦੇ ਸਨ ਜੋ ਤਖ਼ਤਾਂ 'ਤੇ ਬੈਠਦੇ ਸੀ ਬਾਦਸ਼ਾਹ ਉਹਨਾਂ ਦੀ ਮਰਜ਼ਾਦਾ ਦੇ ਅਨੁਸਾਰ ਜੇ ਖੱਬੇ ਪਾਸੇ ਪਹਿਣੇ ਮੈਂ ਉਹ ਵੀ ਪਹਿਣ ਲਵਾਂਗਾ ਇਹ ਤਾਂ ਮੈਂ ਹੁਣ ਇਹ ਮੀਰੀ ਦੀ ਨਿਸ਼ਾਨੀ ਹੈ ਅਤੇ ਜਿਹੜੀ ਖੱਬੇ ਪਾਸੇ ਪਹਿਣੀ ਆ ਉਹ ਪੀਰੀ ਦੀ ਨਿਸ਼ਾਨੀ ਹੋਏਗੀ ਸੋ ਇਸ ਤਰ੍ਹਾਂ ਪਾਤਸ਼ਾਹ ਜੀ ਨੇ ਦੋ ਸ਼੍ਰੀ ਸਾਹਿਬਾਨ ਉਸ ਵਕਤ ਗੁਰਤਾ ਗੱਦੀ 'ਤੇ ਬਿਰਾਜ ਹੋਣ ਮਾਨ ਹੋਣ ਵੇਲੇ ਸਤਿਗੁਰੂ ਜੀ ਨੇ ਪਹਿਣ ਲਈਆਂ ਅਤੇ ਅੱਜ ਵੀ ਸਾਡੇ ਸਿੱਖ ਧਰਮ ਦੇ ਅੰਦਰ ਸਿੱਖ ਪੰਥ ਦੇ ਅੰਦਰ ਉਹ ਅੱਜ ਵੀ ਮੀਰੀ ਪੀਰੀ ਦੇ ਤੌਰ 'ਤੇ ਦੋ ਤਲਵਾਰਾਂ ਮੀਰੀ ਅਤੇ ਪੀਰੀ ਦੇ ਤੌਰ 'ਤੇ ਪ੍ਰਚਲਿਤ ਨੇ ਇਹ ਤਾਂ ਹੋ ਗਈ ਮੀਰੀ ਪੀਰੀ ਦੀ ਗੱਲ ਕੀ ਮੀਰੀ ਪੀਰੀ ਤੋਂ ਇਲਾਵਾ ਹੋਰ ਵੀ ਕੋਈ ਇਹੋ ਜਿਹੇ ਸਿਧਾਂਤ ਉਸ ਸਮੇਂ ਨਿਰਧਾਰਤ ਕੀਤੇ ਗਏ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਬੈਠਣ ਲੱਗੇ ਗੁਰੂ ਹਰਗੋਬਿੰਦ ਪਾਤਸ਼ਾਹ ਦੁਆਰਾ ਜੋ ਤਖ਼ਤ 'ਤੇ ਬਿਰਾਜਮਾਨ ਹੋਏ ਨੇ ਜਦੋਂ ਬਾਬਾ ਬੁੱਢਾ ਜੀ ਨੇ ਗੁਰਤਾ ਗੱਦੀ ਪ੍ਰਦਾਨ ਕੀਤੀ ਹੈ ਹਾਂ ਇਹ ਵੀ ਬਹੁਤ ਸਵਾਲ ਸਮੇਂ ਦੇ ਅਨੁਸਾਰ ਬਹੁਤ ਚੰਗਾ ਜੋ ਸਿੱਖ ਸੰਗਤਾਂ ਦੇ ਨਾਲ ਸਾਂਝ ਕਰਨਾ ਸਾਡਾ ਸਮੇਂ ਦੇ ਅਨੁਸਾਰ ਬਣਦਾ ਵੀ ਹੈ ਉਸ ਵਕਤ ਜਦੋਂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਨੇ ਉਸ ਵਕਤ ਮੁਗਲ ਸਾਮਰਾਜ ਦਾ ਰਾਜ ਸੀ ਮੁਗਲ ਸ਼ਾਸਕ ਹਿੰਦੁਸਤਾਨ ਦੇ ਬਾਦਸ਼ਾਹ ਸਨ ਅਤੇ ਹਿੰਦੁਸਤਾਨ ਦੀ ਜੋ ਲੁਕਾਈ ਦਾ ਹਾਲ ਸੀ ਆਪ ਜੀ ਇਸ ਵਕਤ ਪੱਖੋਂ ਅਤੇ ਸਿੱਖ ਜਗਤ ਵੀ ਸੰਸਾਰ ਵੀ ਜਾਣਦਾ ਕਿ ਕਿਸ ਤਰ੍ਹਾਂ ਉਸ ਵਕਤ ਊਚ ਨੀਚ ਜਾਤ ਪਾਤ ਦਾ ਬੜਾ ਬੋਲਬਾਲਾ ਸੀ ਅਤੇ ਉਸ ਵਕਤ ਸਤਿਗੁਰੂ ਜੀ ਨੇ ਕਿਉਂਕਿ ਪੰਚਮ ਪਾਤਸ਼ਾਹ ਜੀ ਦੀ ਸ਼ਹੀਦੀ ਜਿਸ ਤਰ੍ਹਾਂ ਹੋਈ ਸਤਿਗੁਰੂ ਜੀ ਨੇ ਉਸ ਨੂੰ ਬੜੇ ਠਰੰਮੇ ਦੇ ਨਾਲ ਸਹਿਜ ਅਵਸਥਾ ਦੇ ਵਿੱਚ ਜਬਰ ਨੂੰ ਜ਼ੁਲਮ ਨੂੰ ਬੜੇ ਸਬਰ ਦੇ ਨਾਲ ਆਪਣੇ ਸਰੀਰ 'ਤੇ ਹੰਢਾਉਂਦਿਆਂ ਉਸ ਪਾਤਸ਼ਾਹ ਜੀ ਦੇ ਭਾਣੇ ਨੂੰ ਮੰਨਿਆ ਤੇਰਾ ਕੀ ਆ ਮਿੱਠਾ ਲਾਗੇ ਵਾਲੇ ਸ਼ਬਦ ਨੂੰ ਉਹਨਾਂ ਨੇ ਅਪਣਾਇਆ ਅਤੇ ਪ੍ਰੈਕਟੀਕਲ ਜਾਮਾ ਪਹਿਨਾਇਆ ਵੀ ਪਰ ਸਤਿਗੁਰੂ ਜੀ ਨੇ ਇਹ ਦੇਖੀ ਚੀਜ਼ ਵੀ ਹੁਣ ਆਉਣ ਵਾਲਾ ਸਮਾਂ ਇਹ ਸਹੀ ਨਹੀਂ ਸਤਿਗੁਰੂ ਜੀ ਨੇ ਉਸ ਵਕਤ ਜਿਹੜੀ ਪ੍ਰਚਲਿਤ ਮਰਜ਼ਾਦਾ ਹੁਣ ਅੱਜ ਸਾਡੇ ਸਿੱਖ ਸੰਸਾਰ ਦੇ ਅੰਦਰ ਜਿਹੜੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਅਸੀਂ ਨਤਮਸਤਕ ਹੁੰਦੇ ਹਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਤਖ਼ਤ 'ਤੇ ਬੈਠਣ ਦੀ ਮਰਜ਼ਾਦਾ ਉਸ ਵਕਤ ਮੁਸਲਮਾਨ ਰਾਜਿਆਂ ਦੇ ਬਾਦਸ਼ਾਹਾਂ ਦੇ ਸਾਹਮਣੇ ਕੋਈ ਤਖ਼ਤ ਲਾ ਕੇ ਨਹੀਂ ਸੀ ਬੈਠ ਸਕਦਾ ਕੋਈ ਕਲਗੀ ਨਹੀਂ ਸੀ ਲਾ ਸਕਦਾ ਕੋਈ ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ ਕੋਈ ਪਰ ਗੁਰੂ ਸਾਹਿਬ ਜੀ ਨੇ ਜੋ ਭਾਣਾ ਵਰਤਾਇਆ ਵਿਲੱਖਣਤਾ ਉਹਨਾਂ ਨੇ ਉਸ ਵਕਤ ਇੱਕ ਤਖ਼ਤ 'ਤੇ ਬਿਰਾਜਣਾ ਕੀਤਾ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹਨਾਂ ਨੂੰ ਅੱਜ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਕੇ ਜਾਣਦੇ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਇੱਕ ਰਾਜ ਪਹਿਲਾਂ ਹੀ ਸਥਾਪਿਤ ਸੀ ਮੁਗਲ ਸ਼ਾਸਕ ਦੂਜਾ ਰਾਜ ਗੁਰੂ ਨਾਨਕ ਸਾਹਿਬ ਨੇ ਆਰੰਭ ਕਰ ਦਿੱਤਾ ਸੀ ਅੱਜ ਇੱਕ ਰਾਜ ਦੇ ਸਾਹਮਣੇ ਦੂਸਰੇ ਰਾਜ ਨੂੰ ਟੱਕਰ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਰਹੇ ਨੇ ਕਿਉਂਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਆਪਣੇ ਪਿਤਾ ਦੀ ਸ਼ਹਾਦਤ ਸਤਿਗੁਰਾਂ ਨੇ ਆਪਣੇ ਅੱਖੀਂ ਵੇਖੀ ਹੈ
ਅਕਾਲ ਤਖ਼ਤ 'ਤੇ ਬਿਰਾਜਮਾਨ ਹੋਏ ਨੇ। ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ, ਇੱਕ ਨਹੀਂ ਅਨੇਕਾਂ ਸਿਧਾਂਤ ਲਾਗੂ ਕੀਤੇ। ਉਹ ਕੀ ਸਨ ਹੋਰ ਸਿਧਾਂਤ, ਇਹਦੇ ਬਾਰੇ ਵੀ ਖੁੱਲ੍ਹ ਕੇ ਗੱਲ ਕਰਾਂਗੇ ਭਾਈ ਸਾਹਿਬ ਜੀ। ਛੋਟੀ ਜਿਹੀ ਇੱਥੇ ਬ੍ਰੇਕ ਲਵਾਂਗੇ, ਬ੍ਰੇਕ ਤੋਂ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਜਾਣਾ ਕਿਤੇ ਨਹੀਂ, ਅੱਜ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗੁਰਤਾਗ ਗੱਦੀ ਦਿਵਸ ਸੰਬੰਧ ਵਿੱਚ ਅਸੀਂ ਖਾਸ ਪੇਸ਼ਕਸ਼ ਲੈ ਕੇ ਹਾਜ਼ਰ ਹਾਂ। ਜੁੜੇ ਰਹੋ ਤੁਸੀਂ ਅਕਾਲ ਚੈਨਲ ਨਾਲ। ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਗੁਰਪਿਆਰੀ ਸਾਧ ਸੰਗਤ ਜੀ, ਅੱਜ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗੁਰਤਾਗ ਗੱਦੀ ਦਿਵਸ ਸੰਬੰਧ ਵਿੱਚ ਅਸੀਂ ਖਾਸ ਤੌਰ 'ਤੇ ਲੈ ਕੇ ਹਾਜ਼ਰਾਂ ਤੁਹਾਡੇ ਵਾਸਤੇ ਖਾਸ ਪੇਸ਼ਕਸ਼। ਅਤੇ ਅੱਜ ਇਤਿਹਾਸ ਨੂੰ ਪੇਸ਼ ਕਰ ਰਹੇ ਸਨ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਨੰਗਲ ਡੈਮ ਵਾਲੇ। ਭਾਈ ਸਾਹਿਬ, ਤੁਸੀਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਬੜੀ ਸੋਹਣੀ ਗੱਲ ਕੀਤੀ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮੀਰੀ ਪੀਰੀ ਤਲਵਾਰਾਂ ਧਾਰਨ ਕੀਤੀਆਂ। ਹੁਣ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕਰਨ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕੀ ਆਦੇਸ਼ ਜਾਰੀ ਕੀਤੇ? ਜਦੋਂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰੇ ਵਰਤਾਰੇ ਨੂੰ ਆਪਣੀ ਅੱਖਾਂ ਨਾਲ ਦੇਖਿਆ ਸੀ ਜੀ, ਅਤੇ ਅਕਾਲ ਤਖ਼ਤ ਸਾਹਿਬ 'ਤੇ ਉਹਨਾਂ ਨੇ ਇੱਕ ਦੁਨੀਆ ਦੇ ਬਾਦਸ਼ਾਹ ਦੇ ਬਰਾਬਰ ਇੱਕ ਤਖ਼ਤ 'ਤੇ ਖੜ੍ਹਾ ਕਰ ਦਿੱਤਾ, ਜੋ ਸਿੱਖ ਜਗਤ ਦੇ ਲਈ ਬਹੁਤ ਵਡਮੁੱਲਾ ਸੀ, ਬਹੁਤ ਜ਼ਰੂਰੀ ਸੀ। ਅਤੇ ਸਾਹਿਬ ਨੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਕਿ ਜਿਸ ਨੇ ਵੀ ਦਰਸ਼ਨ ਦੀਦਾਰ ਕਰਨ ਵਾਸਤੇ ਆਉਣਾ, ਜੋ ਭੇਟਾਵਾਂ ਲੈ ਕੇ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਸਨ, ਉਹਨਾਂ ਦੇ ਵਿੱਚ ਸਤਿਗੁਰੂ ਜੀ ਨੇ ਇੱਕ ਭੇਟਾ ਆਪਣੇ ਵੱਲੋਂ ਹੁਕਮ ਕਰਕੇ ਜੋੜ ਦਿੱਤੀ ਕਿ ਜਦੋਂ ਵੀ ਕੋਈ ਸਿੱਖ ਜਿਹੜਾ ਵੀ ਇਸ ਚੀਜ਼ ਨੂੰ ਬਰਦਾਸ਼ਤ ਕਰ ਸਕਦਾ ਜਾਂ ਭੇਟਾ ਕਰ ਸਕਦਾ, ਉਹ ਨਾਲ ਸ਼ਸਤਰ ਲੈ ਕੇ ਅਤੇ ਸੋਹਣੇ ਘੋੜੇ ਲੈ ਕੇ ਇੱਥੇ ਆਵੇ। ਅਤੇ ਸਤਿਗੁਰੂ ਜੀ ਨੇ ਕਿਉਂ ਇਸ ਗੱਲ ਨੂੰ ਕਿਉਂ ਉਚੇਚੇ ਤੌਰ 'ਤੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ? ਕਿਉਂਕਿ ਜ਼ਬਰ ਦਾ ਟਾਕਰਾ ਹੁਣ ਸਬਰ ਨਾਲ ਕਰਨ ਦਾ ਸਮਾਂ ਨਹੀਂ ਸੀ ਰਿਹਾ, ਅਤੇ ਇਸ ਕਰਕੇ ਉਸ ਵਕਤ ਸੰਗਤਾਂ ਨੂੰ ਸ਼ਸਤਰਧਾਰੀ ਕਰਨਾ ਬਹੁਤ ਜ਼ਰੂਰੀ ਸੀ, ਅਤੇ ਸ਼ਸਤਰਧਾਰੀ ਹੋਣ ਦੇ ਲਈ ਸ਼ਸਤਰਾਂ ਦੀ ਜ਼ਰੂਰਤ ਸੀ। ਅਤੇ ਉਸ ਵਕਤ ਇਸ ਤਰ੍ਹਾਂ ਆਵਾਜਾਈ ਦੇ ਟਰਾਂਸਪੋਰਟੇਸ਼ਨ ਦੇ ਸਾਧਨ ਨਹੀਂ ਸਨ, ਘੋੜ ਸਵਾਰੀ ਹੀ ਮੁੱਖ ਸੀ। ਅਤੇ ਸਤਿਗੁਰੂ ਜੀ ਨੇ ਕੀਮਤੀ ਘੋੜਿਆਂ ਵਾਸਤੇ ਅਤੇ ਵਧੀਆ ਘੋੜਿਆਂ ਵਾਸਤੇ ਸਿੱਖ ਸੰਗਤਾਂ ਨੂੰ ਹੁਕਮਨਾਮੇ ਵੀ ਭੇਜੇ, ਅਤੇ ਵਿਸ਼ੇਸ਼ ਤੌਰ 'ਤੇ ਸਿੱਖ ਸੰਗਤਾਂ ਦੇ ਸਨਮੁੱਖ ਇਹ ਗੱਲਾਂ ਆਖੀਆਂ ਕਿ ਵਿਸ਼ੇਸ਼ ਤੌਰ 'ਤੇ ਇਹ ਚੀਜ਼ਾਂ ਲੈ ਕੇ ਮੇਰੇ ਦਰਸ਼ਨ ਦੀਦਾਰ ਕਰਨ ਵਾਸਤੇ। ਭਾਈ ਸਾਹਿਬ, ਜੇਕਰ ਗੱਲ ਕਰੀਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ, ਜਿੱਥੇ ਸਤਿਗੁਰਾਂ ਨੇ ਘੋੜੇ ਮੰਗੇ, ਸ਼ਸਤਰ ਮੰਗੇ, ਜਵਾਨੀਆਂ ਮੰਗੀਆਂ, ਇਹ ਕਿਹਾ ਜਾਂਦਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਦੂਜੇ ਧਰਮਾਂ ਵਾਲੇ ਵੀ ਆ ਕੇ ਫਰਿਆਦ ਕਰਦੇ ਸਨ? ਉਸ ਵਕਤ ਸਰਦਾਰ ਹਰਬੰਸ ਸਿੰਘ ਜੀ, ਇਹ ਵੀ ਸਵਾਲ ਜੋ ਸਵਾਲ ਤੁਸੀਂ ਕਰ ਰਹੇ ਹੋ ਬਹੁਤ ਚੰਗੇ ਅਤੇ ਮੌਜੂਦਾ ਸਮੇਂ ਦੇ ਨਾਲ ਸੰਬੰਧਿਤ ਨੇ, ਸਾਡੀ ਇਸ ਪੀੜ੍ਹੀ ਨੂੰ ਪਤਾ ਵੀ ਲੱਗੇ। ਕਿਉਂਕਿ ਉਸ ਵਕਤ ਹਿੰਦੁਸਤਾਨ ਦੇ ਅੰਦਰ ਇੱਕ ਮੁਗਲ ਸਾਮਰਾਜ ਦੇ ਮੰਨਣ ਵਾਲੇ ਲੋਕ, ਮੁਗਲ ਧਰਮ ਨੂੰ ਜੋ ਮੁਸਲਮਾਨ ਧਰਮ ਦੇ ਧਾਰਨੀ ਲੋਕ ਸਨ, ਉਹਨਾਂ ਤੋਂ ਬਿਨਾਂ ਜਿਹੜੇ ਹੋਰ ਲੋਕ ਸਨ ਸਾਰੇ ਹੀ ਤਕਰੀਬਨ ਈਵਨ ਸਤਾਏ ਹੋਏ ਸਨ ਜੀ। ਉਸ ਵਕਤ ਦੇ ਸ਼ਾਸਕਾਂ ਦੇ ਵੱਲੋਂ ਬਹੁਤ ਉਹਨਾਂ ਦੇ ਜ਼ੁਲਮ ਅਤੇ ਜ਼ਬਰ ਹੋ ਰਿਹਾ ਸੀ। ਸਤਿਗੁਰਾਂ ਦੇ ਦਰਬਾਰ ਦੇ ਵਿੱਚ ਜਿੱਥੇ ਸਿੱਖ ਸੰਗਤਾਂ ਆਉਂਦੀਆਂ ਸਨ, ਉਸ ਵਕਤ ਹਿੰਦੂ ਧਰਮ ਦੇ ਨਾਲ ਰਿਲੇਟਡ ਲੋਕ ਵੀ ਸਤਿਗੁਰਾਂ ਜੀ ਦੇ ਦਰਬਾਰ ਦੇ ਵਿੱਚ ਫਰਿਆਦੀ ਹੋ ਕੇ ਆਏ, ਫਰਿਆਦ ਲੈ ਕੇ ਆਏ ਅਤੇ ਸਤਿਗੁਰਾਂ ਜੀ ਦੇ ਨਾਲ ਜੁੜੇ। ਉਸ ਵਕਤ ਜੇਕਰ ਗੱਲ ਕਰੀਏ ਬਾਕੀ ਧਰਮਾਂ ਵਾਲੇ ਵੀ ਆਏ, ਇੱਕ ਉਹਨਾਂ ਨੂੰ ਸਾਧਨ ਮਿਲ ਗਿਆ ਵੀ ਜਿੱਥੇ ਸਾਡੀ ਪੁਕਾਰ ਸੁਣੀ ਜਾਵੇਗੀ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਹੈ। ਮੈਂ ਥੋੜ੍ਹਾ ਜਿਹਾ ਅੱਜ ਦੇ ਸਮੇਂ ਵੱਲ ਆਉਣਾ ਚਾਹੁੰਦਾ, ਕਿਉਂਕਿ ਅੱਜ ਹਰ ਇੱਕ ਦੀ ਨਿਗਾਹ, ਭਾਵੇਂ ਕੋਈ ਸੰਗਤ ਦੇਸ਼ 'ਚ ਬੈਠੀ ਹੈ ਭਾਵੇਂ ਵਿਦੇਸ਼ 'ਚ ਬੈਠੀ ਹੈ, ਉਹਦੀ ਨਿਗਾਹ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮ ਹਰ ਸਿੱਖ ਮੰਨਦਾ ਹੈ, ਪਰੰਤੂ ਇਹ ਗੱਲ ਤੁਸੀਂ ਵੀ ਪ੍ਰਚਾਰਕ ਸ਼੍ਰੇਣੀ ਦੇ ਵਿੱਚ ਸੰਬੰਧ ਰੱਖਦੇ ਹੋ। ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਕੁਝ ਸਮਾਂ ਪਹਿਲਾਂ ਸਿੱਖ ਰਹਿਤ ਮਰਿਆਦਾ ਲਾਗੂ ਹੋਈ ਸੀ, ਅੱਜ ਉਹ ਸਿੱਖ ਰਹਿਤ ਮਰਿਆਦਾ ਕਿਉਂ ਨਹੀਂ ਅਪਣਾਈ ਜਾ ਰਹੀ? ਕਿਉਂਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਮਾਣਿਤ ਹੈ, ਗੁਰਮਤ ਅਨੁਸਾਰ ਉਸ ਰਹਿਤ ਮਰਿਆਦਾ ਨੂੰ ਤਿਆਰ ਕੀਤਾ ਗਿਆ, ਗੁਰਬਾਣੀ ਦੀ ਕਸਵੱਟੀ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ 'ਤੇ ਉਸ ਰਹਿਤ ਮਰਿਆਦਾ ਦਾ ਨਿਰਮਾਣ ਕੀਤਾ ਗਿਆ। ਅੱਜ ਕੀ ਕਾਰਨ ਹੈ ਅੱਜ ਦਾ ਨੌਜਵਾਨ, ਅੱਜ ਦੀ ਸਿੱਖ ਸੰਗਤ ਉਸ ਰਹਿਤ ਮਰਿਆਦਾ ਤੋਂ ਬਾਗੀ ਹੋ ਰਹੀ ਹੈ? ਮੈਂ ਸਰਦਾਰ ਹਰਬੰਸ ਸਿੰਘ ਜੀ, ਇਹ ਸਵਾਲ ਦਾ ਜਵਾਬ ਦੇਣ ਦੇ ਸਮਰੱਥ ਨਹੀਂ ਹੈਗਾ, ਪਰ ਫਿਰ ਮੈਂ ਇੱਕ ਸਾਂਝ ਤੁਹਾਡੇ ਨਾਲ ਜ਼ਰੂਰ ਕਰਾਂਗਾ। ਇਹ ਸਾਡਾ ਇੱਕ ਪੰਥਕ ਮਸਲਾ ਬਣ ਕੇ ਅੱਗੇ ਆਇਆ ਹੋਇਆ। ਅਸੀਂ ਅਕਾਲ ਤਖ਼ਤ ਸਾਹਿਬ ਦੀ, ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਦੇ ਹਾਂ, ਪਰ ਜਦੋਂ ਉਸ ਨੂੰ ਅਮਲੀ ਜਾਮਾ ਪਹਿਨਾਇਆ ਜਾਣਾ ਹੁੰਦਾ ਨਾ,
ਉਸ ਵਕਤ ਅਸੀਂ ਥੋੜ੍ਹਾ ਪਿੱਛੇ ਹਟਣ ਦਾ ਯਤਨ ਕਰਦੇ ਹਾਂ, ਸਾਡੇ ਸਿਰਮੌਰ ਆਗੂ ਵੀ। ਇੱਕ ਮੈਂ ਬੇਨਤੀ ਕਰਾਂ ਕਿ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੀ ਹਰਿਮੰਦਰ ਸਾਹਿਬ 'ਤੇ ਜੋ ਵੀ ਮਰਿਆਦਾ ਲਾਗੂ ਹੈ ਉਹਦੇ ਬਾਰੇ ਵਿਦਵਾਨ ਸੱਜਣ ਕਹਿੰਦੇ ਨੇ, ਮੈਂ ਹੋਰਾਂ ਨਾਲ ਵੀ ਇਹ ਸਾਂਝ ਕਰਦਾ ਕਿ ਕਈ ਗੱਲਾਂ ਜੋ ਅੱਜ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਚਲਿਤ ਨੇ ਉਹ ਸਾਡੀ ਮਰਿਆਦਾ ਤੋਂ ਬਾਹਰ ਵੀ ਨੇ। ਕੁਝ ਗੱਲਾਂ ਜੇ ਸਾਂਝੀਆਂ ਕਰਨੀਆਂ ਚਾਹੋ ਤਾਂ ਮੈਂ ਕਰ ਸਕਦਾ, ਪਰ ਜਿਸ ਤਰ੍ਹਾਂ ਤੁਹਾਡਾ ਹੁਕਮ ਹੋਣਾ। ਪਰ ਇੱਕ ਉੱਥੇ ਫਿਰ ਵਿਦਵਾਨ ਕਹਿੰਦੇ ਨੇ ਕਿ ਜਿਹੜਾ ਕੁਝ ਉੱਥੇ ਚੱਲ ਰਿਹਾ ਉਹ ਬਾਦਸਤੂਰ, ਦਸਤੂਰੇ ਅਮਲ, ਉਹਨੂੰ ਦਸਤੂਰੇ ਅਮਲ ਕਿਹਾ ਗਿਆ। ਪਰ ਅਸੀਂ ਫਿਰ ਇਸ ਪਾਸੇ ਵੱਲ ਨਹੀਂ ਪੈਣਾ। ਮੈਂ ਤਾਂ ਅੱਜ ਇੱਕ ਪ੍ਰਚਾਰਕ ਹੋਣ ਦੇ ਨਾਤੇ ਸਿੱਖ ਸੰਗਤਾਂ ਨੂੰ, ਸਿੱਖ ਜਗਤ ਨੂੰ ਇਹ ਹੀ ਬੇਨਤੀ ਕਰਨੀ ਚਾਹੁੰਦਾ ਕਿ ਜੋ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੁੰਦਾ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਹੁਕਮ ਸਾਨੂੰ ਆਉਂਦਾ, ਅਸੀਂ ਉਸ ਦੇ ਉੱਤੇ ਆਪਣੇ ਮਨੋ ਤਨੋ ਉਸ ਦੇ ਉੱਤੇ ਫੁੱਲ ਚੜ੍ਹਾਉਣਾ ਸਾਡਾ ਫਰਜ਼ ਬਣਦਾ। ਅਤੇ ਅੱਗੇ ਇੱਕ ਬੇਨਤੀ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਤੇ ਹੋਰ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਜਦੋਂ ਵੀ ਸਿੱਖ ਕੌਮ ਦੇ ਉੱਤੇ ਕੋਈ ਮਸਲੇ ਖੜ੍ਹੇ ਹੁੰਦੇ ਹੈ ਉਸ ਵਕਤ ਅਸੀਂ ਕਿਸੇ ਵੀ ਰਾਜਨੀਤਿਕ ਵਾਲੀ ਗੱਲ ਨਹੀਂ ਕਰਨੀ, ਅਸੀਂ ਉਸ ਤੋਂ ਉੱਪਰ ਉੱਠ ਕੇ ਸੰਗਤ ਨੂੰ ਸੇਧ ਦੇਣ ਦਾ ਯਤਨ ਕਰਨਾ, ਤਾਂ ਸਾਡੇ ਅਕਾਲ ਤਖਤ ਸਾਹਿਬ ਦੀ ਮਰਿਆਦਾ 'ਤੇ ਕਾਇਮ ਰੱਖ ਰਹਿ ਸਕਦੀ ਹੈ ਅਤੇ ਤਾਂਹੀਓ ਆਉਣ ਵਾਲਾ ਸਮਾਂ ਸਾਡੀ ਸਿੱਖ ਜਵਾਨੀ ਇਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਸਕਦੀ ਹੈ। ਤੁਸੀਂ ਤਾਂ ਸਿੱਖ ਜਵਾਨੀ ਦੀ ਗੱਲ ਕੀਤੀ ਹੈ, ਤੁਹਾਨੂੰ ਵੀ ਲੱਗਦਾ ਕਿ ਅੱਜ ਦੀ ਜਵਾਨੀ ਅਕਾਲ ਤਖਤ ਨੂੰ ਸਮਰਪਿਤ ਹੈ ਜਾਂ ਫਿਰ ਬਾਗੀ ਹੈ? ਮੈਂ ਤੁਹਾਡੇ ਸਵਾਲ ਦਾ ਜਵਾਬ ਬਹੁਤ ਖੁਸ਼ੀ ਨਾਲ ਦੇਣਾ ਚਾਹੁੰਦਾ। ਇੱਕ ਆਜ਼ਾਦ ਖਿਆਲਾਤਾਂ ਦੇ ਅਨੁਸਾਰ ਵੀ ਅੱਜ ਮੈਂ ਤਾਂ ਸਮਝਦਾ ਕਿ ਅਕਾਲ ਤਖਤ ਸਾਹਿਬ ਤੋਂ ਬਾਗੀ ਨੌਜਵਾਨ ਹੋ ਚੁੱਕੇ ਹੈ ਮਰਿਆਦਾ ਦੇ ਅਨੁਸਾਰ, ਜਦੋਂ ਕਿ ਅੱਜ ਸਾਨੂੰ ਜੋ ਲੋੜ ਹੈ, ਮੈਂ ਇੱਕ ਚੀਜ਼ ਆਮ ਪ੍ਰਚਾਰਕ ਹੋਣ ਦੇ ਨਾਤੇ ਦੇਖਦਾ ਕਿ ਸਾਡੇ ਸਿੱਖ ਧਰਮ ਦੇ ਜਿੰਨੇ ਪ੍ਰਚਾਰਕ ਨੇ, ਭਾਈ ਹਰਬੰਸ ਸਿੰਘ ਜੀ ਮੇਰੀ ਬੇਨਤੀ ਨੂੰ ਪਿੰਚ ਨਾ ਕਰ ਜਾਣਾ, ਮੈਂ ਤੁਹਾਡੇ ਚੈਨਲ ਤੋਂ ਮੁਖਾਤਬ ਹੋ ਰਿਹਾ ਜਾਂ ਸੰਗਤਾਂ ਨੂੰ ਬੇਨਤੀ ਕਰ ਰਿਹਾ ਕਿ ਜਿੰਨੇ ਵੀ ਸਾਡੇ ਪ੍ਰਚਾਰਕ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੇ, ਤਕਰੀਬਨ ਮੋਸਟਲੀ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਵੀ ਪੂਰੀ ਸਾਬਤ ਸੂਰਤ ਸਿੱਖੀ ਨਹੀਂ ਹੈਗੀ। ਅਤੇ ਸਾਡੇ ਤਕਰੀਬਨ, ਮੈਂ ਆਮ ਪਟਿਆਲਾ ਸ਼ਹਿਰ ਦੇ ਵਿੱਚ ਵੀ ਹੋਰ ਪਾਸੇ ਵੀ ਗਿਆ, ਸਾਡੇ ਬਹੁਤੇ ਤਾਂ ਕਹਿ ਸਕਦੇ, ਕੁਝ ਪ੍ਰਸੈਂਟ ਕਹਿ ਲਈਏ ਕਿ ਸਾਡੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਚਕ, ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਾਦਾਰ ਜਾਂ ਗ੍ਰੰਥੀ ਸਿੰਘ ਕਹਿ ਲਈਏ, ਉਹਨਾਂ ਦੇ ਪਰਿਵਾਰ ਵੀ ਮਰਿਆਦਾ ਦੇ ਅਨੁਸਾਰ ਆਪਣਾ ਜੀਵਨ ਚਲਾਉਣ ਦਾ ਯਤਨ ਨਹੀਂ ਕਰ ਰਹੇ। ਅਤੇ ਸਾਡੇ ਜਿਹੜੇ ਪ੍ਰਬੰਧਕ ਸਾਹਿਬਾਨ ਨੇ ਇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ, ਜਿਸ ਕਰਕੇ ਸਾਡੀ ਜਵਾਨੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬੇਮੁੱਖ ਹੋ ਰਹੀ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਕਾਇਮ ਰਹੇ ਅਤੇ ਸਾਡੇ ਸਾਰੀਆਂ ਸਮੂਹ ਪ੍ਰਬੰਧਕ ਕਮੇਟੀਆਂ, ਜੋ ਲੋਕਲ ਗੁਰਦੁਆਰਾ ਸਾਹਿਬ, ਹਿਸਟੋਰੀਕਲ ਗੁਰਦੁਆਰਾ ਸਾਹਿਬਾਨ ਅਤੇ ਹੋਰ ਜਿੱਥੇ ਕਿਤੇ ਵੀ ਸਾਡੇ ਹਿੰਦੁਸਤਾਨ ਤੋਂ ਬਾਹਰ ਵਿਦੇਸ਼ਾਂ ਦੇ ਅੰਦਰ ਵੀ, ਉਹ ਉਦੋਂ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਕਾਇਮ ਨਹੀਂ ਰਹਿ ਸਕਦੀ ਜਦੋਂ ਤੱਕ ਅਸੀਂ ਅਪਣੈਤ, ਆਪਣਾਪਣ ਅਤੇ ਆਪਣਿਆਂ ਨੂੰ ਅੱਗੇ ਲਿਆਉਣ ਦੇ ਯਤਨ ਕਰਨੋਂ ਪਿੱਛੇ ਨਹੀਂ ਹਟਦੇ। ਅਸੀਂ ਜਦੋਂ ਤੱਕ ਚੰਗੇ ਪੜ੍ਹੇ ਲਿਖੇ ਵਿਦਵਾਨ ਨੂੰ ਅੱਗੇ ਲਿਆਵਾਂਗੇ, ਚੰਗੇ ਪੜ੍ਹੇ ਲਿਖੇ ਨੂੰ ਗ੍ਰੰਥੀ ਬਣਾਵਾਂਗੇ, ਉਦੋਂ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਕਾਇਮ ਹੋਣੀ ਹੈ, ਨਹੀਂ ਜਿਸ ਤਰ੍ਹਾਂ ਇਹ ਕੌਮ ਦੇ ਅੰਦਰ ਹੋ ਰਿਹਾ ਇਹ ਵੱਧਦਾ ਜਾ ਸਕਦਾ। ਜੀ ਭਾਈ ਸਾਹਿਬ, ਸੱਚਮੁੱਚ ਅੱਜ ਸਾਡੇ ਇੱਥੇ ਸਤਿਕਾਰਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਨੰਗਲ ਡੈਮ ਵਾਲਿਆਂ ਨੇ ਆਪਣੇ ਨਿੱਜੀ ਵਿਚਾਰ, ਆਪਣੇ ਤਜ਼ਰਬੇ 'ਚੋਂ ਸਾਡੇ ਨਾਲ ਸਾਂਝੇ ਕੀਤੇ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਤੁਸੀਂ ਅੱਜ ਇੱਕ ਦਰਦ ਪੇਸ਼ ਕੀਤਾ। ਸੱਚਮੁੱਚ ਅੱਜ ਦੇ ਨੌਜਵਾਨ ਨੂੰ ਚਾਹੀਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵੇ, ਜਿੱਥੇ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣਾ ਹੋਵੇਗਾ, ਉੱਥੇ ਉਹ ਅਕਾਲ ਤਖਤ ਸਾਹਿਬ ਤੋਂ ਜਾਰੀ ਸਿੱਖ ਰਹਿਤ ਮਰਿਆਦਾ ਨੂੰ ਵੀ ਆਪਣੇ ਜ਼ਿਹਨ ਵਿੱਚ ਲਾਗੂ ਕਰੇ। ਸ਼੍ਰੀ ਅਕਾਲ ਤਖਤ ਸਾਹਿਬ ਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਵੀ ਪ੍ਰਬੰਧਕ ਕਮੇਟੀ ਹਰ ਗੁਰਦੁਆਰਾ ਸਾਹਿਬਾਨ ਦੇ ਇਹ ਪ੍ਰਬੰਧਕ ਕਮੇਟੀ ਹਰ ਸਿੰਘ ਸਭਾ ਆਪਣੇ ਤੌਰ 'ਤੇ ਨਿਰਧਾਰਤ ਕਰੇ, ਲਾਗੂ ਕਰੇ, ਤਾਂ ਜੋ ਹਰ ਉਹ ਪਾਸੇ ਭਾਵੇਂ ਦੇਸ਼ 'ਚ ਹੋਵੇ ਭਾਵੇਂ ਵਿਦੇਸ਼ 'ਚ ਕੋਈ ਗੁਰੂ ਘਰ ਹੋਵੇ, ਸਾਡੀ ਮਰਿਆਦਾ ਇੱਕ ਹੋਣੀ ਚਾਹੀਦੀ ਹੈ, ਨਿਤਨੇਮ ਦੀਆਂ ਬਾਣੀਆਂ ਇੱਕ ਹੋਣ, ਹਰ ਸੰਸਕਾਰ ਸਾਡਾ ਇੱਕੋ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ 'ਤੇ ਪਰਾਉਣਾ ਚਾਹੀਦਾ। ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਵਿਸ਼ੇਸ਼ ਤੌਰ 'ਤੇ ਗੁਰੂ ਗੋਬਿੰਦ ਪਾਤਸ਼ਾਹ ਜੀ ਦੇ ਗੁਰਤਗਦੀ ਦਿਵਸ 'ਤੇ ਤੁਸੀਂ ਅੱਜ ਆਏ ਹੋ, ਆਪਣੇ ਨਿੱਜੀ ਵਿਚਾਰ ਸਾਂਝੇ ਕੀਤੇ ਨੇ। ਦੋਸਤੋ, ਇਹ ਸਤਿਕਾਰਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੇ ਨਿੱਜੀ ਵਿਚਾਰ ਨੇ, ਜੋ ਇੱਕ ਇਹਨਾਂ ਦਾ ਅੰਦਰ ਦਰਦ ਸੀਗਾ ਉਹ ਸਾਡੇ ਸਾਹਮਣੇ ਪੇਸ਼ ਕੀਤਾ ਅੱਜ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗੁਰਤਗਦੀ ਦਿਵਸ ਸੰਬੰਧ ਵਿੱਚ। ਫਿਲਹਾਲ ਅੱਜ ਇੰਨਾ ਹੀ, ਹੁਣ ਸਾਨੂੰ ਦਿਓ ਅੱਗੇ, ਅਗਲੀ ਵਾਰ ਫਿਰ ਮਿਲਾਂਗੇ ਨਵਾਂ ਵਿਸ਼ਾ ਲੈ ਕੇ ਨਵੀਂ ਸ਼ਖਸੀਅਤ ਨਾਲ। ਤਦ ਤੱਕ ਸਿਆਪ ਸਾਰਾ ਦੁੱਖੇ ਮਾਧੇ ਜਾ ਚੱਕਾ। ਭਾਈ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।